ਲੜਦੇ ਵੀ ਹੁੰਦੇ ਸੀ ਉਦੋਂ ਉਹਨਾਂ ਦੇ ਨਾਲ ਗੁੱਸੇ ਰਾਜੀ ਹੋ ਜਾਂਦੇ ਸੀ ਕਿ ਰਿਵਾਜ ਹੀ ਨਹੀਂ ਹੁੰਦਾ ਸੀ ਉਦੋਂ ਲੜਦੇ ਤਾਂ ਨਹੀਂ ਸੀਗੇ ਗੁੱਸੇ ਰਾਜੀ ਹੋ ਜਾਂਦੇ ਸੀ ਕਿ ਉਹ ਕਾਫੀ ਵੱਡੇ ਉਹ ਛੇੜਦੇ ਰਹਿੰਦੇ ਸੀ ਛੋਟੀ ਕਰ ਥੋੜੀ ਯਾਦ ਆਉਂਦੀ ਹੈ ਉਹਨਾਂ ਸਾਰਿਆਂ ਦੀ ਇਸ ਵੇਲੇ ਯਾਦ ਕਿੱਥੋਂ ਆਣੀ ਉਹ ਤਾਂ ਸਾਰੇ ਮਤਲਬ ਕੋਈ ਰਿਹਾ ਹੀ ਤੁਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਉਦੋਂ ਕਿਵੇਂ ਦਾ ਮਾਹੌਲ ਹੁੰਦਾ ਸੀ ਕੁੜੀਆਂ ਨੂੰ ਪੜਾਉਂਦੇ ਹੁੰਦੇ ਸੀ ਕਿ ਨਹੀਂ ਕੋਈ ਇੱਕਾ ਤੇ ਕੋਈ ਪੜਿਆ ਨਹੀਂ ਤਾਂ ਕਹਿਣਾ ਅਸੀਂ ਕਿ ਅਸੀਂ ਨਹੀਂ ਪੜਾਵੇ ਵੱਡੇ ਭੈਣ ਭਰਾ ਨਹੀਂ ਪੜੇ ਅੱਛਾ ਤਾਂ ਇਹਨਾਂ ਨੂੰ ਨਹੀਂ ਪੜਾ ਖਾ ਲਿਆ ਵਿੱਚ ਕਹਿੰਦੇ ਕਿ ਘਰ ਦਾ ਕੰਮ ਉਹ ਤਾਂ ਖੇਤੀਬਾੜੀ ਅੱਛਾ ਫਿਰ ਸਾਡੀਆਂ ਇਹ ਘਰ ਦੇ ਕੁੜੀਆਂ ਨੇ ਪੜ੍ਹ ਕੇ ਕਿਹੜਾ ਤੇ ਨੌਕਰੀ ਕਰਨੀ ਹੈ ਜਿਹੜੇ ਚੌਂਕੇ ਦਾ ਕੰਮ ਕਰਨਾ ਤੁਹਾਡੇ ਮਨ ਦੇ ਵਿੱਚ ਹੁੰਦਾ ਸੀ ਕਿ ਤੁਹਾਨੂੰ ਪੜਨ ਦਾ ਮੌਕਾ ਘੱਟ ਮਿਲਿਆ ਮੈਂ ਆਪਣੀ ਕੁੜੀ ਨੂੰ ਜਾਂ ਆਪਣੇ ਬੱਚਿਆਂ ਨੂੰ ਜ਼ਿਆਦਾ ਪੜਾਉਣਾ ਚਾਹੁੰਦੀ ਹਾਂ ਮੇਰੇ ਮਨ ਤੇ ਸੋਚ ਸੀਗੀ ਕਿ ਚਲੋ ਜੇ ਮੈਂ ਨਹੀਂ ਪੜੀ ਨਾ ਤੇ ਆਪਣੇ ਬੱਚਿਆਂ ਨੂੰ ਮੈਂ ਜ਼ਰੂਰ ਪੜਾਉਣਾ ਜੀ ਜੀ ਇਹ ਰੋਗੇ ਤੇ ਮੈਂ ਤਾਂ ਚਲੋ ਨਹੀਂ ਹਾਂਜੀ ਕੁਝ ਕਰ ਸਕੂ ਤੇ ਬੱਚੇ ਤਾਂ ਅੱਗੇ ਜਿੱਥੇ ਵੀ ਪੜਨਗੇ ਜੀ ਤੇ ਪੜਾਈ ਦਾ ਨਤੀਜਾ ਹਾਂਜੀ ਕੋਈ ਹੋ ਨਹੀਂ ਸਕਦਾ ਕਦੇ ਕੋਈ ਕਿਸੇ ਵੇਖਿਆ ਸੀ ਨੇੜੇ ਹੋ ਕੇ ਕੁੜੀ ਵਿਆਹਣ ਵਾਲੀ ਹੋ ਗਈ ਇਹਨੂੰ ਵਿਆਹ ਦਿਓ ਪੜਨ ਕਿਉਂ ਭੇਜਦੇ ਹੋ ਕੋਈ ਇਦਾਂ ਦਾ ਕਦੇ ਹੋਇਆ ਸੀ ਕੁਝ ਘਰ ਦੇ ਦੁਆਰੇ ਪਰਿਵਾਰ ਨੂੰ ਕਹਿੰਦੇ ਕਿ ਕਿਉਂ ਕੁੜੀ ਨੂੰ ਕਾਤੇ ਪੜਾਈ ਜਾਂਦੀ ਹੈ ਤਾਂ ਬਗਾਨੇ ਕਰੀ ਜਾਣਾ ਹੈ ਮੁੰਡੇ ਨੂੰ ਪੜਾ ਲਓ ਅੱਛਾ ਤੇ ਇਹ ਵੀ ਓਕੇ ਹੋ ਕੇ ਪੜਾਉਣ ਦੀ ਹੋਣਾ ਠੀਕ ਤੇ ਕੁੜੀ ਨੂੰ ਨਾ ਪੜਾਉ ਨਹੀਂ ਮੈਂ ਤਾਂ ਕੁੜੀ ਨੂੰ ਤੇ 2006 ਚ ਤੋਂ ਇੱਥੇ ਇੱਥੇ ਕਿਵੇਂ ਦਾ ਮਾਹੌਲ ਲੱਗਿਆ ਮਾਹੌਲ ਤਾਂ ਠੀਕ ਸੀਗਾ ਪਰ ਚਲੋ ਪਹਿਲਾਂ ਦੇਰ ਤਾਂ ਲੱਗਦਾ ਨਹੀਂ ਨਾ ਜਿਹੜਾ ਉਹ ਤਾਂ ਘੱਟ ਪੰਜਾਬੀ ਹੁੰਦੇ ਸੀ ਬਹੁਤ ਘੱਟ ਤੇ ਜਿਹੜੀ ਅਗਲੀ ਪੀੜ੍ਹੀ ਹੈ ਉਹ ਤੁਹਾਡੇ ਪੋਤੇ ਪੋਤੀਆਂ ਨੇ ਹੁਣ ਤੁਹਾਨੂੰ ਕਦੇ ਕਦੇ ਫਿਕਰ ਹੁੰਦਾ ਉਹਨਾਂ ਦੀ ਪੰਜਾਬੀ ਦੀ ਪੜ੍ਹਾਈ ਦਾ ਚਾਹੇ ਪੰਜਾਬੀ ਪੜ੍ਹ ਵੀ ਲੈਂਦੇ ਨੇ ਪੰਜਾਬੀ ਮਤਲਬ ਲਿਖ ਵੀ ਲੈਂਦੇ ਨੇ ਅੱਛਾ ਪਾਠ ਵੀ ਕਰ ਲੈਂਦੇ ਨੇ ਠੀਕ रेडियो स्पाइस ते कीवी टीवी दे सारे व्यूअर्स नूं प्यार भरी सति श्री अकाल मैं हरजीत लेडीज़ फर्स्ट लैके हाजिर हो गई हाँ लेडीज़ फर्स्ट दे विच असीं हमेशा उन्हां लेडीज़ दे नाल गल कीती है जो बहुत कम्यूनिटी दे विच चंगा काम कर रही ने अगे जा रही ने अज तुहाडे लई एक जिहड़े मैं मेहमान लैके जिन्हां दे नाल असीं गलबात करांगे जिन्हां दे नाल मैं तुहानूं मिलाउणा है उह अपनी उम्र दे काफ़ी पड़ा हंडा आ चुके ने कहिंदे ने कोई भी बंदा जदों तरक्की करदा है ना ਉਹਦੇ ਕਾਮਯਾਬੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਇੱਕ ਔਰਤ ਜਿਹੜੀ ਪਹਿਲਾਂ ਤੁਹਾਡੀ ਬੇਟੀ ਦੇ ਰੂਪ ਦੇ ਵਿੱਚ ਤੁਹਾਡੇ ਪਿੱਛੇ ਹੋ ਸਕਦੀ ਹੈ ਫਿਰ ਤੁਹਾਡੀ ਭੈਣ ਦੇ ਰੂਪ ਦੇ ਵਿੱਚ ਪਿੱਛੇ ਹੋ ਸਕਦੀ ਹੈ ਫਿਰ ਜਿਵੇਂ ਜਿਵੇਂ ਉਸਦੀ ਉਮਰ ਵੱਧਦੀ ਹੈ ਜ਼ਿੰਦਗੀ ਦੇ ਵਿੱਚ ਉਹ ਵੱਖ ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰਦੀ ਹੈ ਉਹ ਇੱਕ ਪਤਨੀ ਆਪਣੇ ਪਤੀ ਦੀ ਬੈਕ 'ਤੇ ਹੋ ਸਕਦੀ ਹੈ ਉਹਨੂੰ ਸਪੋਰਟ ਕਰਨ ਦੇ ਲਈ ਫਿਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਇੱਕ ਮਾਂ ਦਾ ਰੂਪ ਜਦੋਂ ਲੈ ਲੈਂਦੀ ਹੈ ਤਾਂ ਤੁਹਾਡੀ ਮਾਂ ਤੁਹਾਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਮੇਸ਼ਾ ਕਰਦੀ ਹੈ ਹਰ ਮਾਂ ਕਰਦੀ ਹੈ ਅਤੇ ਇਹੀ ਸਾਡੀ ਜ਼ਿੰਦਗੀ ਦਾ ਅਸੂਲ ਰਿਹਾ ਅਤੇ ਇਸੇ ਤਰ੍ਹਾਂ ਇਨਸ਼ਾਅੱਲਾ ਰਹੇ ਕਿਉਂਕਿ ਮਾਵਾਂ ਦਾ ਜਿਹੜਾ ਬੱਚਿਆਂ ਦੇ ਨਾਲ ਪਿਆਰ ਹੈ ਉਸ ਦੀ ਅਸੀਂ ਤੁਲਨਾ ਕਦੇ ਨਹੀਂ ਕਰ ਸਕਦੇ ਹਰ ਮਾਂ ਆਪਣੇ ਬੱਚਿਆਂ ਦੇ ਲਈ ਅਨਮੋਲ ਹੁੰਦੀ ਹੈ ਅਤੇ ਬੱਚੇ ਜਿਹੜੇ ਨੇ ਆਪਣੀ ਮਾਂ ਦੇ ਲਈ ਬੜੇ ਖਾਸ ਹੁੰਦੇ ਨੇ ਮੈਂ ਅੱਜ ਤੁਹਾਨੂੰ ਮਿਲਾਉਣੀ ਹੈ ਜੋਗਿੰਦਰ ਕੌਰ ਹੋਰਾਂ ਦੇ ਨਾਲ ਜੋ 2006 ਤੋਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਜੀ ਸੋ ਇਹਨਾਂ ਤੋਂ ਅਸੀਂ ਕੁਝ ਗੱਲਾਂ ਬਾਤਾਂ ਵੀ ਪੁੱਛਾਂਗੇ ਇਹਨਾਂ ਦੀ ਬੈਕਗ੍ਰਾਉਂਡ ਜਿਹੜਾ ਪਿੰਡ ਸੀ ਇਹਨਾਂ ਦੇ ਪਿੰਡ ਵਾਲੇ ਇਲਾਕੇ ਦੇ ਵਿੱਚ ਕਿਵੇਂ ਦਾ ਮਾਹੌਲ ਸੀ ਫਿਰ ਜਦੋਂ ਉੱਥੋਂ ਇਹ ਵਿਆਹ ਤੋਂ ਬਾਅਦ ਆਪਣੇ ਸਹੁਰੇ ਗਏ ਨੇ ਉੱਥੇ ਕਿੱਦਾਂ ਦਾ ਮਾਹੌਲ ਸੀ ਅਤੇ ਫਿਰ ਉੱਥੋਂ ਜਦੋਂ ਇਹ ਪ੍ਰਵਾਸ ਕਰਕੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਆਏ ਨੇ ਕਿਵੇਂ ਦਾ ਮਾਹੌਲ ਰਿਹਾ ਇਹਨਾਂ ਦੇ ਨਾਲ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੋਗਿੰਦਰ ਕੌਰ ਜੀ ਕੀ ਹਾਲ ਹੈ ਤੁਹਾਡਾ ਜੀ ਸੋ ਮੈਂ ਤੁਹਾਨੂੰ ਬਿਜੀ ਕਹਿ ਲਵਾਂ ਜੀ ਅੱਛਾ ਬੀਜੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿੰਦੇ ਹੋ ਸਾਡੇ ਵਿਊਅਰ ਸਾਰੇ ਤੁਹਾਨੂੰ ਦੇਖਣਗੇ ਸੁਣਨਗੇ ਸੋ ਸਾਨੂੰ ਸਾਰਿਆਂ ਨੂੰ ਬੜੀ ਐਕਸਾਈਟਮੈਂਟ ਹੈ ਕਿਉਂਕਿ ਅਸੀਂ ਬੜੀ ਵਾਰ ਜਦੋਂ ਗੱਲਾਂ ਕਰਦੇ ਹਾਂ ਸੁਣਦੇ ਹਾਂ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਕਹਿ ਦਿੰਦੇ ਹਾਂ ਕਿ ਹਾਂਜੀ ਇੱਕ ਮਾਂ ਜਿਹੜੀ ਹੈ ਬੜਾ ਕੁਛ ਜਲਦੀ ਹੈ ਤੁਸੀਂ ਮਾਂ ਵੀ ਹੋ ਦਾਦੀ ਵੀ ਹੋ ਸਾਰੇ ਤੁਸੀਂ ਆਪਣੀ ਉਮਰ ਦੇ ਵਿੱਚ ਪੜਾਅ ਜਿਹੜੇ ਉਹ ਲੰਘਾਏ ਨੇ ਮੈਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਜਦੋਂ ਤੁਹਾਡਾ ਜਿਹੜਾ ਪਿਛੋਕੜ ਹੈ ਕਿਹੜੇ ਪਿੰਡ ਦੇ ਵਿੱਚ ਤੁਹਾਡਾ ਜਨਮ ਹੋਇਆ ਸੀ ਕਿ ਕਿਸੇ ਸ਼ਹਿਰ ਦੇ ਵਿੱਚ ਜੰਮੇ ਸੀ ਪਿੰਡ ਸੀ ਬੋਣ ਬੋਣ ਪਰ ਬੋਣ ਬੋਣ ਪਿੰਡ ਬੋਣ ਪਿੰਡ ਅੱਛਾ ਜੀ ਹਾਂਜੀ ਠੀਕ ਤੇ ਕਿੰਨੇ ਭੈਣ ਭਰਾ ਸੀ ਤੁਸੀਂ ਅਸੀਂ 5 ਭੈਣ ਭਰਾ ਸੀ ਅੱਛਾ ਤੁਸੀਂ ਵੱਡੇ ਸੀ ਕਿ ਛੋਟੇ ਮੈਂ ਸਭ ਤੋਂ ਛੋਟੀ ਅੱਛਾ ਜਦੋਂ ਛੋਟੇ ਹੁੰਦੇ ਸੀ ਤੇ ਤੁਸੀਂ ਸ਼ਰਾਰਤਾਂ ਕਾਫੀ ਕਰਦੇ ਹੋਣੇ ਆ ਕਿ ਬੜੇ ਸਾਊ ਸੀ ਤੁਸੀਂ ਸ਼ੁਰੂ ਤੋਂ ਹੀ ਮਤਲਬ ਉਮਰ ਦੇ ਨਾਲ ਤੁਹਾਡੇ ਚ ਇਹ ਥੋੜਾ ਠਹਿਰਾਵ ਹੁੰਦਾ ਜਾਂ ਕਿ ਆਪਣਾ ਸੁਭਾਅ ਹੁੰਦਾ ਕਿ ਪਹਿਲਾਂ ਤੋਂ ਇੱਕ ਠਹਿਰਾਵ ਤੁਹਾਡੇ ਚ ਹੁੰਦਾ ਨਹੀਂ ਸ਼ਰਾਰਤਾਂ ਤਾਂ ਨਹੀਂ ਸੀ ਬਹੁਤੀਆਂ ਅੱਛਾ ਕਿ ਵੱਡੇ ਭੈਣ ਭਰਾ ਕਾਫੀ ਵੱਡੇ ਸੀ ਮੇਰੇ ਤੋਂ ਅੱਛਾ ਜੀ ਠੀਕ ਹੈ ਹਾਂ ਦੋ ਭੈਣਾਂ ਵਿਆਹੀਆਂ ਸੀ ਹਾਂ
मतलब कोई रहा ही नहीं मासी कह के बुलाते होंगे निका जा रिश्ता होंगा रिश्ता मासी जी 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 अच्छा बी जी ती जो छोटे सी मैं हूं वैसे उम्र नहीं पुछदी कहते कुड़िया उम्र नहीं पुछी दी लेडीज उम्र नहीं पुछी दी हां जी तुसी जो छोटे छोटे होंगे उदो कि माहौल होंगे कुड़िया पढ़ाते होंगे कि नहीं कुड़िया पढ़ाते तो थे उदो किसी किसी घर से यही रिवाज है घर से कोई पढ़िया नहीं तो कहना असि नहीं पढ़ाने बड़े भैन भरा नहीं पढ़े अच्छा तो इन्होंने भी नहीं पढ़ा अच्छा जी कि मतलब भी वड्डे भैन भरा वड्डे होके कहणगे कि सानू नहीं पढ़ाया इन्हां नूं क्यों पढ़ाया जां वैसे रिवाज सी कि नहीं पढ़ाया नहीं लै असीं तां पढ़े नहीं भई इन्हां नूं क्यों पढ़ाया अच्छा हां ठीक ते तुसीं वैसे थोड़ा बहुत भी स्कूल नहीं गए पढ़ लैंदे नहीं गए उदां गए आ मतलब पढ़े नहीं आए मतलब ठा लिया विचों कहिंदे नहीं घर दा काम बहुत है खेतीबाड़ी है अच्छा फिर साडियां इन्हीं घर दे कुड़ियां ने पढ़ के कड़ा ते नौकरी करनी है चुल्हे चौंके दा काम करना अच्छा ते असीं नहीं कुड़ी पढ़ाणी फिर जो वे हो गए फिर थोड़ा व्याह हो जो उस टाइम ते कुड़िया दी मंगनी हुंदी सी पुछदे नहीं सी हुंदे कि कुड़ी कितना पढ़ी लिखी है किवें दा रिवाज सी किवें रिश्ते किवें हुंदे सी उदों काली काली रिश्ता हो गया एक ठूठी हुंदी सी मतलब चंगे परिवार से ज्यादा भी पा सकते जो दो तीन टूंबा तो कुड़ी दी भी हुंदियां सी मुंडे दी भी हुंदी सी मतलब सस सोहरे नूं बहुत घट सी पा भी दिंदा सी माहौल रोकिया कि कुड़ी नूं घट पढ़ाउणा तुसीं जिद्दां एक मां दे वजो किवें महसूस करदे हुंदे सी बच्चे दी पढ़ाई च कोई दिक्कत आई कदे अपनी कुड़ी नूं जां अपने बच्चा नूं ज्यादा पढ़ाना चाहुंदी आ हां इही मेरे मन च सोच सीगी कि चलो जे मैं नहीं पढ़ी है ना ते अपने बच्चियां नूं मैं जरूर विद्या पढ़ा दे बाबला मेरे सारी वे उम्र दे गहने ए वाकई ऐसा गहना जिहड़ा कि कोई चोरी नहीं कर सकदा अपनी बेटी नूं कॉलेज तोरिया
सहुरा परिवार के वालों जां वैसे पिंडां दे विच ना आम करके जदों असीं सोचदे आ अपने परिवार के नालों ज्यादा सुनवाई जिहड़ी आंढियां गुआंढियां दी हुंदी आ कि कदे कोई किसी ने कहा सी नेड़ियों के कुड़ी व्याहण वाली होगी इहनूं व्याह दिओ पढ़न क्यों भेज दिओ कोई इदां दा कदे होया सी कुछ आंढ गुआंढियां दे तां शायद नहीं बहुता किया मुंडे का ठा भी ले सी एक बार पढ़ाया पेके घर नूं तां सवाद दी सवाद दी है पेके घर नूं मत्तां देंदी देंदी है सहुरा घर भी सवाद देंदी है जाके इस तों बाद तुसीं इत्थे आए नूं मेरे ख्याल तुसीं गल मैनूं दस रहे सी 2006 च आए सी ਜਦੋਂ ਤੁਸੀਂ ਇੱਥੇ ਆਏ ਕਿਉਂਕਿ ਤੁਸੀਂ ਸਕੂਲ ਕਾਲਜ ਪਹਿਲਾਂ ਨਹੀਂ ਸੀ ਗਏ ਭਾਵੇਂ ਪਰ ਤੁਸੀਂ ਦੁਨੀਆ ਦੇਖੀ ਸੀ ਕਾਫੀ ਹੈ ਨਾ ਉਮਰ ਹੋ ਗਈ ਸੀ ਤੇ 2006 ਜਦੋਂ ਇੱਥੇ ਆਏ ਇੱਥੇ ਕਿਵੇਂ ਦਾ ਮਾਹੌਲ ਲੱਗਿਆ ਇੱਥੇ ਦਾ ਮਾਹੌਲ ਤਾਂ ਠੀਕ ਸੀਗਾ ਪਰ ਚੱਲ ਪਹਿਲਾਂ ਦਿਲ ਤਾਂ ਲੱਗਦਾ ਨਹੀਂ ਨਾ ਜਿਹੜਾ ਉਦੋਂ ਘੱਟ ਪੰਜਾਬੀ ਹੁੰਦੇ ਸੀ ਬਹੁਤ ਘੱਟ ਸੀ ਬਹੁਤ ਮਤਲਬ ਕਿਸੇ ਕਿਸੇ ਏਰੀਏ ਚ ਸੀਗੇ ਮਤਲਬ ਬਹੁਤ ਘੱਟ ਸੀਗੇ ਤੁਹਾਨੂੰ ਪਤਾ ਹੀ ਆ 2 ਸਾਲ ਤਾਂ ਦਿਲ ਲੱਗਦਾ ਨਹੀਂ ਹਾਂਜੀ ਫਿਰ ਉਹਨਾਂ ਦਿਨਾਂ ਚ ਤਾਂ ਨਹੀਂ ਸੀ ਲੱਗਦਾ ਸੌਖੇ ਪੱਕੇ ਹੋ ਜਾਂਦੇ ਸੀ ਮੈਨੂੰ ਲੱਗਦਾ ਕਿ ਕਾਫੀ ਮਿਹਨਤ ਉਹਨਾਂ ਨੂੰ ਵੀ ਕਰਨੀ ਸੀ ਸੌਖੇ ਤਾਂ ਨਹੀਂ ਸੀਗੇ ਅੱਛਾ ਮਤਲਬ ਇਹ ਤਾਂ ਚਲੋ ਬੇਟਾ ਤਾਂ ਸ਼ਾਦੀ ਨਾਲ ਹੀ ਪੱਕਾ ਹੋਇਆ ਠੀਕ ਤੇ ਮਤਲਬ ਉਦੋਂ ਘੱਟ ਸੀ ਸਟੂਡੈਂਟ ਬਹੁਤ ਘੱਟ ਆਏ ਇਹ ਤਾਂ ਬਾਅਦ ਹੀ ਆਈ ਆ ਦਸ ਕੁ ਸਾਲ ਤੋਂ ਆਈ ਜ਼ਿਆਦਾ ਜੀ 2008-9-10 ਤੋਂ ਜ਼ਿਆਦਾ ਪਹਿਲਾਂ ਨਹੀਂ ਸੀ ਜੀ ਮੈਨੂੰ ਲੱਗਦਾ ਪਹਿਲਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਵੀ ਨਹੀਂ ਸੀ ਇਹਨਾਂ ਆਪਸ਼ਨਸ ਦਾ ਫਿਰ ਹੌਲੀ ਹੌਲੀ ਇੱਕ ਨਿਊਜ਼ੀਲੈਂਡ ਜਿਹੜਾ ਮੁਲਕ ਕਹਿ ਦਿੰਦੇ ਰੱਬ ਦੀ ਧੁਨੀ ਦੇ ਵਿੱਚ ਵਸਦਾ ਸੋ ਬਹੁਤ ਦੂਰ ਕਰਕੇ ਮੈਂ ਤਾਂ ਨਾਮ ਵੀ ਨਹੀਂ ਸੁਣਿਆ ਜੀ 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 ਤੇ ਫਿਰ ਇੱਥੇ ਆ ਕੇ ਤੁਸੀਂ ਜਦੋਂ ਦੇਖਿਆ ਅੱਗੋਂ ਤੁਹਾਡੇ ਜਦੋਂ ਪਹਿਲਾਂ ਤੁਹਾਨੂੰ ਘੱਟ ਪੜ੍ਹਨ ਦਾ ਮੌਕਾ ਮਿਲਿਆ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਇਆ ਬੱਚੇ ਪੜ੍ਹ ਕੇ ਵਧੀਆ ਸੈਟਲ ਹੋਏ ਫਿਰ ਜਿਹੜੀ ਅਗਲੀ ਪੀੜ੍ਹੀ ਹੈ ਅੱਗੋਂ ਤੁਹਾਡੇ ਪੋਤੇ ਪੋਤੀਆਂ ਨੇ ਹੁਣ ਤੁਹਾਨੂੰ ਕਦੇ ਕਦੇ ਫਿਕਰ ਹੁੰਦਾ ਉਹਨਾਂ ਦੀ ਪੰਜਾਬੀ ਦੀ ਪੜ੍ਹਾਈ ਦਾ ਕਦੇ ਬੱਚੇ ਆਪਸ ਚ ਲੜਦੇ ਨੇ ਪੋਤੇ ਪੋਤੀਆਂ ਜਾਂ ਦੋਤੇ ਦੋਤੀਆਂ ਜਦੋਂ ਤੁਸੀਂ ਇਹਨਾਂ ਨੂੰ ਦੇਖਦੇ ਹੋ ਓਬਵੀਅਸਲੀ ਤੁਹਾਡੇ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਵੀ ਆਪਣਾ ਬਚਪਨ ਜੀਆ ਹੋਣਾ ਪਰ ਕਹਿੰਦੇ ਦਾਦੇ ਦਾਦੀਆਂ ਦਾ ਜਿਹੜੀ ਅਗਲੀ ਪੀੜ੍ਹੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਤੇ ਤੁਸੀਂ ਜਦੋਂ ਇਹਨਾਂ ਨੂੰ ਖੇਡਦਿਆਂ ਵੇਖਦੇ ਹੋ ਤੁਹਾਨੂੰ ਆਪਣਾ ਬਚਪਨ ਯਾਦ ਆਉਂਦਾ ਕੋਈ ਕੋਈ ਤੁਹਾਡੇ ਬਚਪਨ ਦੀ ਯਾਦ ਜੇ ਸਾਡੇ ਨਾਲ ਸਾਂਝੀ ਕਰੋ ਜਾਂ ਤਾਂ ਆਉਂਦਾ ਬਚਪਨ ਬਸ ਵਿਆਹ ਕੱਲੀ ਨੇ ਬਚਪਨ ਗੁਜ਼ਾਰਿਆ ਅੱਛਾ ਭੈਣ ਭਾਈ ਵੱਡੇ ਸੀਗੇ ਹਾਂਜੀ ਦੱਸਿਆ ਤੁਸੀਂ ਇਹ ਕੰਮਾਂ 'ਚ ਸੀਗੇ ਇਹਨਾਂ ਦਾ ਬਚਪਨ ਆਪਣੇ ਬੱਚਿਆਂ ਦਾ ਜਿਹੜਾ ਬਚਪਨ ਉਹ ਪੋਤੇ ਪੋਤੀਆਂ ਜਿਵੇਂ ਦੇਖਿਆ ਕਦੇ ਕਿਸੇ ਦੀ ਸਾਈਡ ਲੈਂਦੀ ਹੈ ਕਿਸੇ ਇੱਕ ਬੱਚੇ ਦੀ ਕਿ ਸਾਰਿਆਂ ਨੂੰ ਉਹਨੂੰ ਥਾਂ ਥਾਂ ਰੱਖਣਾ ਪੈਂਦਾ ਕਦੇ ਏਦਾਂ ਹੋਇਆ ਇੱਕ ਨੇ ਕਿਹਾ ਹੋਵੇ ਕਿ ਨਹੀਂ ਤੁਸੀਂ ਉਹਦੀ ਗੱਲ ਸੁਣਦੇ ਆ ਜ਼ਿਆਦਾ ਹੁੰਦਾ ਸੀ ਏਦਾਂ ਮਤਲਬ ਸਾਡੇ ਬੱਚਿਆਂ ਦੇ ਹੁੰਦਾ ਸੀ ਮੇਰੇ ਅੱਛਾ ਹੁੰਦਾ ਸੀ ਠੀਕ ਤੇ ਕਹਿੰਦਾ ਛੋਟੇ ਦੀ ਗੱਲ ਜ਼ਿਆਦਾ ਸੁਣਦੇ ਆ ਅੱਛਾ ਠੀਕ ਇੱਥੇ ਨਹੀਂ ਹੈਗਾ ਇੰਨਾ ਅੱਛਾ ਠੀਕ ਹੈ ਇੱਥੇ ਤਾਂ ਘਲੋੜੇ ਬਦਲੇ ਬੱਚੇ ਲੜਦੇ ਆ ਹਾਂਜੀ ਬਾਅਦ 'ਚ ਉਹ ਵੀ ਨਹੀਂ ਲੜਦੇ ਉੱਥੇ ਤਾਂ ਖਾਣ ਬਦਲੇ ਵੀ ਲੜਦੇ ਹਾਂਜੀ ਬਿਲਕੁਲ ਸੋ ਇੱਥੇ ਬੱਚਿਆਂ ਦੇ ਥੋੜਾ ਜਿਹਾ ਅੰਡਰਸਟੈਂਡਿੰਗ ਡਿਫਰੈਂਟ ਹੋ ਜਾਂਦੇ ਨੇ ਆ ਮੇਰਾ ਟੋਆ ਤੂੰ ਨਾ ਚੱਕੀ ਹਾਂਜੀ ਉਹ ਤੂੰ ਉਧਰ ਨੂੰ ਕਹਿਣਾ ਤੂੰ ਮੇਰਾ ਨਾ ਚੱਕੀ ਹੈ ਨਾ ਫਰਕ ਪੈ ਜਾਂਦਾ ਤੁਸੀਂ ਜਦੋਂ ਇੱਥੇ ਹੁਣ ਇਹ ਬੱਚੇ ਵੱਡੇ ਹੋ ਰਹੇ ਨੇ
ਸਿੰਗਲ ਉਹਨਾਂ ਨੂੰ ਕੰਮ ਕਾਰ ਵੀ ਕਰਨੇ ਆ ਜੀ, ਉਹ ਕਿੱਦਾਂ ਹੁਣ ਬੱਚਿਆਂ ਨੂੰ ਪੰਜਾਬੀ ਸਿਖਾ ਲੈਣਗੇ, ਉਹਨਾਂ ਲਈ ਥੋੜਾ ਔਖਾ ਜੀ ਜੀ ਦਾਦੀ ਬਾਬਾ ਵਾ ਜਾਂ ਨਾਨੀ ਨਾਨਾ ਵਾ ਉਹ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੇ ਆ, ਪੰਜਾਬੀ ਬੋਲਣੀ ਪੰਜਾਬੀ ਪੜ੍ਹਾਉਣੀ ਆਪਣੇ ਵਿਰਸੇ ਨਾਲ ਜੋੜਨਾ ਸਾਰਿਆਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇੱਥੇ ਬੁਲਾਉਣ ਦਾ ਸਬੱਬ ਵੀ ਨਹੀਂ ਬਣਿਆ ਹਜੇ, ਚਲੋ ਕੁਛ ਤਾਂ ਵੈਸੇ ਵੀ ਹਜੇ ਜਿਹੜੀ ਪੇਰੈਂਟ ਕੈਟੇਗਰੀ ਦੇ ਜਿਹੜੇ ਵੀਜ਼ੇ ਬੰਦ ਰੁਕੇ ਹੋਏ ਸੀ ਬੰਦ ਸੀਗੇ, ਕੁਛ ਆ ਕੋਵਿਡ ਦੇ ਕਰਕੇ ਜਿਹੜੇ ਬਾਰਡਰ ਬੰਦ ਨੇ ਇਸ ਚੀਜ਼ ਨੇ ਵੀ ਬੜੀ ਮਾਰ ਜਿਹੜੀ ਇਸ ਪਾਸੇ ਪਾਈ ਹੈ ਜੀ ਜੀ ਬਿਲਕੁਲ। ਤੁਸੀਂ ਬੀਜੀ ਜਿਵੇਂ ਇੰਡੀਆ ਦੇ ਵਿੱਚ ਅਸੀਂ ਹੁਣੇ ਵੈਸੇ ਗੱਲਾਂ ਗੱਲਾਂ ਦੇ ਵਿੱਚ ਜਦੋਂ ਹੱਸਦੇ ਸੀ ਪਹਿਲਾਂ ਅਸੀਂ ਆਂਢੀਆਂ ਗੁਆਂਢੀਆਂ ਦੀ ਗੱਲ ਕਰ ਰਹੇ ਸੀ, ਜਦੋਂ ਇੱਥੇ ਆਪਾਂ ਦੇਖਦੇ ਹਾਂ ਹੁਣ ਤੁਹਾਡੀ ਪੋਤੀ ਕਿਤੇ ਇਕੱਲੀ ਜਾਂਦੀ ਹੋਏਗੀ ਤੇ ਇੱਥੋਂ ਦਾ ਸਮਾਜ ਜਿਹੜਾ ਆ ਉਸਨੂੰ ਮਾਨਤਾ ਦਿੰਦਾ ਪ੍ਰਵਾਨਤਾ ਦਿੰਦਾ ਕਿ ਉਹ ਇਕੱਲੀ ਕਿਤੇ ਜਾ ਸਕਦੀ ਆ। ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਜਦੋਂ ਇੱਕ ਪਰਿਵਾਰ ਰਹਿੰਦਾ ਤੇ ਉਹਨਾਂ ਦੀ ਕੁੜੀ ਕਿਤੇ ਬਾਹਰ ਪੜ੍ਹਨ ਜਾਂ ਕਿਸੇ ਕੰਮ ਜਾਂਦੀ ਹੈ ਤੇ ਆਂਢੀ ਗੁਆਂਢੀ ਝਾਤੀਆਂ ਮਾਰ ਮਾਰ ਵੇਖਦੇ ਨੇ, 100 ਵਾਰ ਪੁੱਛਦੇ ਨੇ ਕਿੱਥੇ ਗਈ ਹੈ ਕਿਉਂ ਨਹੀਂ ਆਈ ਅਜੇ ਤੱਕ ਲੇਟ ਹੋ ਗਈ ਨਾ। ਇਹ ਜਿਹੜੇ ਦਖਲ ਅੰਦਾਜ਼ੀ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਉੱਥੇ ਹੁੰਦੀ ਸੀ ਕਿ ਇੱਥੇ ਵੀ ਹੁੰਦੀ ਹੈ? ਨਹੀਂ ਉੱਥੇ ਹੁੰਦੀ ਸੀ, ਇੱਥੇ ਤਾਂ ਬੇਫਿਕਰਾ ਮਾਂ ਪਿਓ ਉੱਥੇ ਹੁੰਦੀ ਸੀ, ਉੱਥੇ ਤਾਂ ਉਹਨੀ ਕਹਿਣਾ ਹੀ ਆ ਨਾ। ਹੁਣ ਤਾਂ ਚਲੋ ਪਰਵਾਹ ਨੀ ਕਰਦੇ, ਜਿਹੜਾ ਹੁਣ ਦਾ ਟਾਈਮ ਆ, ਜਦੋਂ ਸਾਡਾ ਟਾਈਮ ਸੀ ਉਦੋਂ ਉਹ ਕਹਿੰਦੇ ਸੀ ਸਾਡੇ ਬੱਚੇ ਸੀ ਕਹਿਣਾ ਕਿ ਇੱਦਾਂ ਕੁੜੀ, ਉਹ ਤਾਂ ਇਹ ਵੀ ਕਹਿ ਦਿੰਦੇ ਸੀ ਕਈ ਤਾਂ ਸੋਚ ਸੀ ਵੀ ਕੁੜੀ ਕਾਲਜ ਏ ਕਿਉਂ ਜਾਂਦੀ ਹੈ ਹਨਾ, ਉਹਨੀ ਤਾਂ ਫਿਰ ਕਹਿਣਾ ਹੀ ਆ। ਉੱਥੇ ਤਾਂ ਆਂਢ ਗੁਆਂਢ ਵੀ ਕਹਿ ਦਿੰਦੇ ਆ ਜੀ, ਘਰ ਦੇ ਵੀ ਕਹਿੰਦੇ ਆ ਬੱਚੇ ਪੜ੍ਹਾਈ ਜਾਂਦੇ ਆ, ਹੁਣ ਤਾਂ ਨੀ ਟਾਈਮ ਹੀ ਬਦਲ ਗਿਆ ਜੀ ਜੀ, ਹੁਣ ਤਾਂ ਵਾਕਈ ਟਾਈਮ ਬਦਲ ਗਿਆ। ਹੁਣ ਨਹੀਂ ਕੋਈ, ਹੁਣ ਤਾਂ ਉੱਥੇ ਵੀ ਘੱਟ ਕਹਿੰਦੇ ਹੋਣਗੇ, ਹੁਣ ਤਾਂ ਤੁਹਾਡੇ ਸਾਹਮਣੇ ਹੀ ਕੁੜੀਆਂ ਉੱਥੋਂ ਇੰਡੀਆ ਨੂੰ, ਇੰਡੀਆ ਦੇ ਉੱਥੇ ਕੰਨੀਆਂ ਭੇਜੀਆਂ ਆ ਹਾਂਜੀ ਹਾਂਜੀ ਮਾਂ ਪੀ ਨੇ ਹਨਾ ਹਾਂਜੀ, ਪਰਵਾਹ ਥੋੜ੍ਹਾ ਕਰਦੇ ਨੇ ਜੀ ਬਿਲਕੁਲ। ਹੁਣ ਕੁਛ ਅਸੀਂ ਸਮਝਦਾਰ ਵੀ ਹੋ ਗਏ ਹਾਂ, ਅਸੀਂ ਅੱਗੇ ਨਾਲੋਂ ਕਾਫੀ ਸਮਰੱਥ ਵੀ ਹੋ ਗਏ ਹਾਂ ਜੀ ਬਿਲਕੁਲ, ਸੋਚ ਸਮਾਂ ਬਦਲ ਗਿਆ। ਤੁਸੀਂ ਇੱਥੇ ਵੇਖਦੇ ਹਾਂ ਜਿਵੇਂ ਇਕੱਲੀਆਂ ਕੁੜੀਆਂ ਜਿਹੜੀਆਂ ਆਉਂਦੀਆਂ ਨੇ ਪੜ੍ਹਨ ਤੇ ਬੜੀ ਮਿਹਨਤ ਕਰਦੀਆਂ ਨੇ, ਮੁੰਡਿਆਂ ਦੇ ਬਰਾਬਰ ਇੱਥੇ ਮਿਹਨਤ ਕਰਦੀਆਂ ਨੇ, ਕਿਵੇਂ ਮਹਿਸੂਸ ਕਰਦੇ ਹੋ? ਕਿਉਂਕਿ ਤੁਸੀਂ ਖੁਦ ਇੱਕ ਕੁੜੀ ਵਾਲਾ ਜੀਵਨ ਹੰਢਾਇਆ ਉਸ ਪੰਜਾਬ ਦੇ ਵਿੱਚ ਹੰਢਾਇਆ ਜਿੱਥੇ ਕੁੜੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ, ਹੁਣ ਤੁਸੀਂ ਉਸ ਮੁਲਕ ਦੇ ਵਾਸੀ ਹੋ ਜਿੱਥੇ ਕੁੜੀਆਂ ਨੂੰ ਬਰਾਬਰ ਸਮਝਿਆ ਜਾਂਦਾ, ਸੋ ਕੁੜੀਆਂ ਉੱਥੋਂ ਆ ਕੇ ਇੱਥੇ ਜਦੋਂ ਆਉਂਦੀਆਂ ਨੇ ਮਿਹਨਤ ਕਰਦੀਆਂ ਨੇ ਤੇ ਤੁਸੀਂ ਕੀ ਕਿੱਥੇ ਕੁ ਵੇਖਦੇ ਹੋ ਕਿ ਸਾਡਾ ਭਾਈਚਾਰਾ ਉਹਨਾਂ ਨੂੰ ਉਨੀ ਸਪੋਰਟ ਕਰ ਰਿਹਾ ਜਿੰਨੀ ਕਰਨੀ ਚਾਹੀਦੀ ਹੈ? ਨਹੀਂ, ਉਹਨਾਂ ਨੂੰ ਸਪੋਰਟ ਜ਼ਿਆਦਾ ਕਰਨੀ ਚਾਹੀਦੀ ਹੈ ਕੁੜੀਆਂ ਦੀ, ਕੁੜੀਆਂ ਬਹੁਤ ਮਤਲਬ ਮੁੰਡਿਆਂ ਨਾਲੋਂ ਬਹੁਤ ਹਾਰਟ ਜ਼ਿਆਦਾ ਮਿਹਨਤ ਕਰਦੀਆਂ, ਠੀਕ ਹੈ, ਸਾਰੇ ਮੁੰਡੇ ਭਾਵੇਂ ਲਗਾਤੀ ਕਰਦੇ ਨੇ ਕੁੜੀਆਂ ਨਹੀਂ ਕਰਦੀਆਂ ਕੰਮ ਤੇ ਲਗਾਤੀ ਜੀ, ਕੁੜੀਆਂ ਸਪੋਰਟ ਕਰਨੀ ਚਾਹੀਦੀ ਭਾਈਚਾਰੇ ਸਹੀ। ਤੇ ਅੱਛਾ ਤੁਸੀਂ ਦੱਸ ਰਹੇ ਸੀ ਤੁਹਾਡੇ ਦੋਤੇ ਦਾ ਵਿਆਹ ਆ ਤੇ ਤੁਸੀਂ ਉਹਨਾਂ ਦੇ ਲਈ ਇੱਕ ਗੀਤ ਵੀ ਸਾਨੂੰ ਸੁਣਾਉਣਾ, ਪਹਿਲਾਂ ਗੀਤ ਸੁਣਾਓਗੇ ਕਿ ਪਹਿਲਾਂ ਤੁਸੀਂ ਸੰਦੇਸ਼ ਸਾਡੇ ਵਿਊਰਸ ਨੂੰ ਦਿਓਗੇ ਕੀ ਸੋਚਦੇ ਆ ਤੁਹਾਨੂੰ ਵੀ ਸਾਨੂੰ ਕਿਹੜੀ ਚੀਜ਼ ਤੇ ਕੰਮ ਕਰਨਾ ਚਾਹੀਦਾ, ਵੈਸੇ ਤੁਹਾਨੂੰ ਜੋ ਵੀ ਲੱਗਦਾ ਜੋ ਵੀ ਤੁਹਾਡਾ ਦਿਲ ਕਰਦਾ ਕਿ ਤੁਸੀਂ ਸਾਨੂੰ ਸਾਰੇ ਨੂੰ ਸੁਨੇਹਾ ਦਿਓ, ਕੀ ਸੁਨੇਹਾ ਦਿਓਗੇ? ਮੈਂ ਤਾਂ ਇਹੀ ਕਹੂੰਗੀ ਪਰਿਵਾਰ ਦੇ ਵਿੱਚ ਰਲ ਮਿਲ ਕੇ ਜਿੱਦਾਂ ਆਪਾਂ ਰਹਿੰਦੇ ਹਾਂ ਜੇ ਬੱਚਿਆਂ ਨੂੰ ਪੰਜਾਬੀ ਸਿਖਾ ਲਓ ਜੀ, ਜੇ ਤੁਹਾਡੇ ਬੱਚੇ ਪੰਜਾਬੀ ਪੜ੍ਹਨਗੇ
ਸਿੱਖਣਗੇ ਫਿਰ ਇਹਨਾਂ ਨੂੰ ਗੁਰਬਾਣੀ ਦੀ ਸਮਝ ਆਊਗੀ ਤਾਂਹੀਓ ਬੱਚੇ ਵੀ ਗੁਰੂ ਘਰ ਗੁਰਦੁਆਰਾ ਸਾਹਿਬ ਬੈਠਣਗੇ ਜਿਹੜੇ ਵੀ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਬੱਚਿਆਂ ਨੂੰ ਉਹ ਤਾਂਹੀਓ ਗੁਰਦੁਆਰਾ ਸਾਹਿਬ ਬੈਠਣਗੇ ਕਿ ਉਹਨਾਂ ਨੂੰ ਉਹ ਸਮਝ ਨਹੀਂ ਲੱਗਦੀ ਤੇ ਕੀਰਤਨ ਕੀ ਹੋ ਰਿਹਾ ਵਾ ਤੇ ਕੋਈ ਪਾਠ ਵਿਆਖਿਆ ਹੁੰਦੀ ਕਥਾ ਆਉਂਦੀ ਉਹ ਕੀ ਹੋ ਰਹੀ ਆ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਸਿਖਾ ਲਓ ਮਾਂ ਬੋਲੀ ਆ ਇਹ ਤੁਹਾਡਾ ਵਿਰਸਾ ਇਹਨੂੰ ਨਾ ਭੁੱਲੋ ਤੇ ਬਾਕੀ जी बिल्कुल सत श्रीकाल तो पहला मैं थोड़े को गीत जरूर सुनना जरा थोड़े दो कोई भी सुना दो कोई घोड़ी सुना दो मुंडे का विआह है जी चलो कि सुनाऊंगे मैं थोड़े नाल गा लांगी निकी निकी किड़ी निकिया मीवे बरे दादी सलावे निकिया वे करे एक बार दोबारा सुना दो हूं चलो निकी 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 किड़ी निकिया मीवे बरे दादी बलावे निकिया वे करे दादी बलावे निकिया आवे करे दादी अच्छा साढ़े इलाके च बोलते होंगे निक्की निक्की बूंदी निक्किया मीह वे बरे दादी सुहागण तेरे शगन करे साढ़े वाल थोड़ा इस तरीके नाल बोलते सी अच्छा अच्छा ठीक दादी सुहागण तेरे शगन करे दम्मा दी बोरी तेरा बाबा फड़े निकी निकी किणी निकिया मीवे बरे माता बलावे निकिया आवे करे माता सुहागण तेरे शगन करे दम्मा दी बोरी तेरा बाबल फड़े क्या बात बहुत खूब सो ये सारे लोग रंग विरसे दे जिहड़े तुसीं सांभ के रखे ने इंशाल्लाह इसे तरह सांभे रहन ते तुसीं तंदुरुस्त रहो साडे नाल इदां ही गल्लां सांझियां करदे रहो अखीर ते मैं तुहानूं एक चीज जरूर पुछनी है गीत असीं गा रहे सी बातां हुंदियां सी बुझारतां पाउंदे हुंदे सी एक दूजे नूं अजकल तुसीं देखिआ कोई पाउंदा जां सुणिआ ਤੁਹਾਡੇ ਪੋਤੇ ਪੋਤੀਆਂ ਨੂੰ ਬਾਤਾਂ ਬੁਝਾਰਤਾਂ ਦਾ ਪਤਾ ਹੈ ਕਿ ਨਹੀਂ ਪੂਤਾਂ ਨਹੀਂ ਪਾਉਂਦੇ ਮੇਰੇ ਉਹਨਾਂ ਨੂੰ ਕਈ ਵਾਰ ਪਾਉਣ ਲੱਗ ਪੈਂਦੀ ਅੱਛਾ ਉਹ ਤੁਹਾਨੂੰ ਸਮਝ ਲੱਗ ਜਾਂਦੀ ਹੈ ਤੁਹਾਡੇ ਨੂੰ ਉਹਨਾਂ ਨੂੰ ਸਮਝ ਕਈ ਵਾਰ ਲੱਗ ਜਾਂਦੀ ਹੈ ਅੱਛਾ ਹਾਂ ਠੀਕ ਹਾਂ ਜਦੋਂ ਕਈ ਵਾਰੀ ਨਾ ਬੈਠੇ ਬੈਠੇ ਜਾਂ ਕਿਤੇ ਟਾਈਮ ਹੋਵੇ ਜੀ ਜੀ ਮੈਂ ਉਹਨਾਂ ਨੂੰ ਸੁਣਾਉਣ ਲੱਗ ਪੈਂਦੀ ਹੁੰਦੀ ਬਾਤਾਂ ਜਿੱਦਾਂ ਮੇਰੀ ਮਾਂ ਵੀ ਸੁਣਾਉਂਦੀ ਹੁੰਦੀ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਉਸਲੇ ਰੇਡੀਓ ਤਾਂ ਹੈ ਨਹੀਂ ਸੀਗੇ ਬਹੁਤ ਜ਼ਿਆਦਾ ਜ਼ਿਆਦਾ ਛੋਟੇ ਸੀ ਉਦੋਂ ਪਿੰਡ 'ਚ ਲਾਈਟ ਵੀ ਹੈ ਨਹੀਂ ਸੀ ਆਓ ਅੱਛਾ ਤੇ ਫਿਰ ਜਦੋਂ ਸ਼ਾਮ ਪੈਂਦੀ ਹੁੰਦੀ ਸੀ ਤੇ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਸੀ ਇਕੱਠੇ ਹੋ ਕੇ ਬਹਿੰਦੇ ਹੁੰਦੇ ਸੀ ਅੱਛਾ ਉਹ ਦੀਵੇ ਲਾਲਟ ਨਾਲ ਬੈਠੇ ਹੁੰਦੇ ਸੀ ਤੇ ਉਦੋਂ ਫਿਰ ਉਹਨਾਂ ਨੇ ਜਦ ਸਾਰੇ ਪਰਿਵਾਰ ਇਕੱਠੇ ਹੀ ਸੁਣਦੇ ਹੁੰਦੇ ਸੀ ਤਾਂ ਫਿਰ ਬਾਤਾਂ ਹੀ ਪੈਂਦੀਆਂ ਹੁੰਦੀਆਂ ਜੀ ਜੀ ਉਦੋਂ ਬਾਤਾਂ ਹੀ ਪੈਂਦੀਆਂ ਹੁੰਦੀਆਂ ਸੋ ਬਾਤਾਂ ਬੁਝਾਰਤਾਂ ਇਹ ਲੋਕ ਗੀਤ ਇਹ ਸਾਰਾ ਜਿਹੜਾ ਸਾਡਾ ਵਿਰਸਾ ਸਾਂਭਿਆ ਰਹੇ ਅਸੀਂ ਇਹੋ ਦੁਆ ਕਰਦੇ ਹਾਂ ਬਹੁਤ ਧੰਨਵਾਦ ਤੁਹਾਡਾ ਵੀ ਜੀ ਤੁਸੀਂ ਅੱਜ ਸਮਾਂ ਕੱਢਿਆ